ਮਾਮਲਾ ਅੰਮ੍ਰਿਤਸਰ ਦੇ ਕੈਂਟ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਲਤੀਫਪੁਰਾ ਵਰਗੇ ਮਾਹੌਲ ਬਣੇ ਹੋਏ ਨੇ। ਇੱਕ ਪਾਸੇ 4 ਪੀੜ੍ਹੀਆਂ ਤੋਂ ਲੋਕ ਇੱਥੇ ਵਸੇ ਹੋਏ ਨੇ ਅਤੇ ਪ੍ਰਸ਼ਾਸਨ ਦੇ ਧੱਕੇ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਕਰਕੇ ਹਾਈ ਕੋਰਟ ਦਾ ਸਟੇਅ ਲੈ ਕੇ ਬੈਠੇ ਨੇ, ਜਿਸ ਦੀ ਤਾਰੀਖ ਕੱਲ੍ਹ ਦੀ ਦੱਸੀ ਜਾ ਰਹੀ ਹੈ। ਅਤੇ ਪਰ ਅੱਜ ਤਰੀਕ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅਮਲੇ ਦੇ ਨਾਲ ਇਹਨਾਂ ਸਰਵੰਟ ਕੁਆਟਰਾਂ ਨੂੰ ਖਾਲੀ ਕਰਵਾਉਣ ਲਈ ਪਹੁੰਚ ਚੁੱਕਿਆ ਅਤੇ ਜਿਸ ਸੰਬੰਧੀ ਪੀੜਿਤ ਲੋਕ ਪ੍ਰਸ਼ਾਸਨ ਦੇ ਅੱਗੇ ਡਟ ਕੇ ਖੜ੍ਹੇ ਹੋਏ ਨੇ। ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਹਾਈ ਅਥਾਰਟੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਚੱਲਦੇ ਇੱਥੇ ਅੱਜ ਬਗਲਾ ਨੰਬਰ 19 ਨੂੰ ਖਾਲੀ ਕਰਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਮਲਾ ਮੌਜੂਦ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੀਗਲ ਪੋਜੀਸ਼ਨ ਹੈਗਾ, ਇਹਨੂੰ ਵਕੇਟ ਕਰਵਾਇਆ ਜਾਵੇ ਅਤੇ ਉਸਦੇ ਸਿਲਸਿਲੇ ਦੇ ਵਿੱਚ ਇਹ ਮੈਂ DSP ਸਾਹਿਬ, ਤਹਿਸੀਲਦਾਰ ਸਾਹਿਬ, ਅਸੀਂ ਸਾਰੇ ਆਏ ਹੈਗੇ ਹਾਂ। ਲੋਕ ਕਹਿੰਦੇ ਕਿ ਨਾ ਅਮਰਾ ਆਪਣਾ ਸਰ ਕੋਰਟ 'ਚ ਕੇਸ ਕੀਤਾ, ਕੱਲ੍ਹ ਦੀ ਤਰੀਕ ਹੈ। ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ, ਮਤਲਬ ਦੈਟ ਇਜ਼ ਦੀ ਹਾਈਐਸਟ ਕੋਰਟ ਆਫ ਦਾ ਕੰਟਰੀ। ਉਹਨਾਂ ਦਾ ਜਿਹੜਾ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਜਿਹੜਾ ਸੁਪਰਸੀਡ ਕਰਦਾ, ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ, ਹਾਈ ਕੋਰਟ ਦਾ ਇਹ ਕਹਿਣਾ ਹੈਗਾ, ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ 'ਤੇ ਹੈਗੀ ਹੈ। ਸਰ ਕਿੰਨਾ ਨੰਬਰ ਹੈ ਬੰਗਲਾ ਜੀ? 90 ਨੰਬਰ। ਸਰ ਉਹ ਤਾਂ ਕਹਿੰਦੇ ਕਿ ਨਾ ਮੇਰਾ ਹੋਰ ਹੈ। ਕੌਣ ਕਹਿ ਰਹੇ ਨੇ? ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ? ਨਹੀਂ ਨਹੀਂ, ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ, ਸਾਡੇ ਕੋਲ ਕੋਡ ਹੈ ਸਰ, ਉਹਦੇ ਵਿੱਚ ਬੋਲਿਆ ਜੋ ਤੁਸੀਂ ਰੈਵਨਿਊ ਦੀ ਜਾਣਕਾਰੀ ਰੱਖਦੇ ਹੋ? ਨਹੀਂ ਨਹੀਂ ਨਹੀਂ, ਮੇਰੀ ਗੱਲ ਸੁਣੋ, ਕੋਡ ਕੀਤਾ ਜੋ ਉਹਨਾਂ ਨੇ ਬੋਲਿਆ ਵਾ ਉਹ 19 ਨੰਬਰ ਤੇ ਹੈ ਨਹੀਂ। ਨਹੀਂ, ਜਿਹੜਾ ਕੁਝ ਬੋਲਦਾ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ, ਅਸੀਂ ਆਪਣੇ ਆਪ 'ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਹਾਂ। ਕਿੰਨੇ ਮਕਾਨ ਸਰ ਇੱਥੇ ਰਹਿੰਦੇ ਆ? ਮਕਾਨ ਤਕਰੀਬਨ 28 ਫੈਮਲੀਆਂ ਹੈਗੀਆਂ। ਉਹਦੇ ਵਿੱਚ ਕੀ ਨਾਮ ਕਿਹਾ ਗਿਆ ਕੋਡ ਵੱਲੋਂ, ਕੀ ਨਾਮ ਰਹਿ ਖਾਲੀ ਕਰਾਉਣ ਦੀ? ਸੋਰੀ, ਉਹਦੇ ਵਿੱਚ ਜ਼ਿਕਰ ਕੀਤਾ ਗਿਆ ਮਕਾਨ ਇੱਥੇ ਹੈਗੇ ਜਾਂ ਨਹੀਂ ਹੈਗੇ? ਇਹ ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 90 ਜਿਹੜਾ ਵਕੇਟ ਕਰਾਇਆ ਜਾਵੇ। ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ? ਉਹ ਦੇਖ ਰਹੇ ਹਾਂਗੇ ਬਸ। ਇਲੈਕਸ਼ਨ ਕੇ ਕੈਂਟ ਬੋਰਡ ਦੀ ਇਲੈਕਟਰ ਐਕਸ ਇਲੈਕਟਡ ਮੈਂਬਰ ਆ। ਕਿਉਂ? ਮੇਰਾ ਨਾਮ ਸਪਨਾ ਪੱਟੀ ਹੈ ਜੀ। ਕੀ ਮਸਲਾ ਸਾਰਾ ਜਿਹੜਾ? ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ, ਪਰ ਬਟ ਇਹ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ, ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ, ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਣੇ ਹੋਏ ਤੋਂ। ਲੇਕਿਨ ਇਹ ਤੇ 60-70 ਸਾਲ ਤੋਂ ਇੱਥੇ ਰਹਿ ਰਹੇ, ਇਹਨਾਂ ਕੋਲ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ, ਹਰ ਇੱਕ ਇਹਨਾਂ ਕੋਲ ID ਇੱਥੇ ਦੀ ਹੈਗੀ। ਇਹ ਨਹੀਂ ਹੋ ਸਕਦਾ ਜੀ, ਖਾਲੀ ਕਰਾ ਕੇ ਨਹੀਂ ਜਾਣਗੇ, ਤੇ ਇਹ ਗਰੀਬ ਲੋਕ ਕਿੱਥੇ ਜਾਣਗੇ? ਤੇ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ। ਤੇ ਇਹ ਮੇਰਾ ਨਾਮ ਜੀ ਵਰੁਣ ਸਰੀਨ ਆ, ਮੈਂ ਸਦਰ ਬਾਜ਼ਾਰ ਕੈਂਟ ਦਾ ਵਾਸੀ ਹਾਂ। ਇੱਥੇ ਜੀ 19 ਨੰਬਰ ਕੋਠੀ ਆ, ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ, ਦੀਵਾਨ ਚੰਦ ਪਛੋਰੀਏ ਦਾ, ਜਿਹਦੇ ਨਾਮ 'ਤੇ ਕੋਠੀ ਆ। ਇਹ 2019 'ਚ ਵੀ ਇਹਨਾਂ ਨੇ ਇੱਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਅਤੇ ਆਰਮੀ ਨੇ ਆ ਕੇ ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਅਸੀਂ ਉਦੋਂ ਖਹਿਰਾ ਸਾਹਿਬ DC ਹੁੰਦੇ ਸੀਗੇ, ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਔਰਡਰ ਵਿਖਾਉਂਦੇ ਨੇ ਕਿ ਕੋਠੀ ਨੂੰ ਖਾਲੀ ਕਰਾਉਂਦੇ, ਉਹ ਦੀਵਾਨ ਚੰਦ ਪਛੋਰੀਏ ਦੇ ਖਿਲਾਫ਼ ਆ, ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ਼, ਕਿਉਂਕਿ ਸੁਪਰੀਮ ਕੋਰਟ 'ਚ ਇੱਥੇ ਰਹਿਣ ਦੀ ਜਿਹੜੀ ਪਬਲਿਕ ਉਹ ਵਿਖਾਈ ਨਹੀਂ ਗਈ, ਇੱਥੇ ਸਾਡੇ ਕੁਛ ਲੈਂਡ ਖਾਲੀ ਪਿਆ ਸੀਗਾ, ਉਹਨੂੰ ਵਿਖਾ ਕੇ ਹੀ ਔਰਡਰ ਲੈ ਗਏ ਨੇ, ਅਤੇ ਇਹ ਦਰਸਾਇਆ ਗਿਆ ਕਿ ਇਹ ਲੈਂਡ ਖਾਲੀ ਆ, ਸਾਨੂੰ ਇਹਦਾ ਕਬਜ਼ਾ ਚਾਹੀਦਾ। ਬਟ ਅਸੀਂ ਜਦੋਂ DC ਸਾਹਿਬ ਨਾਲ ਸਾਰੀ ਗੱਲ ਦੱਸੀ DC ਸਾਹਿਬ ਨੂੰ, DC ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਰਹਿੰਦੇ ਹੋਏ ਸਾਨੂੰ ਉਦੋਂ ਆਸ਼ਵਾਸਨ ਦਿੱਤਾ ਸੀਗਾ ਕਿ ਉਹ ਸਾਡੀ ਗੱਲ ਉੱਪਰ ਤੱਕ ਪਹੁੰਚਾਉਣਗੇ ਅਤੇ ਸਾਨੂੰ ਇੱਥੋਂ ਕੱਢਿਆ ਨਹੀਂ ਜਾਏਗਾ। ਬਟ ਉਸ ਤੋਂ ਬਾਅਦ ਫਿਰ 2023 'ਚ ਦੁਬਾਰਾ ਇਹ ਇੰਸੀਡੈਂਟ ਹੁੰਦਾ, ਅਤੇ ਉਦੋਂ ਵੀ ਜਿਹੜੇ ਹੁਣ ਦੇ DC ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਹੈ, ਅਤੇ ਉਹਨਾਂ ਨੇ ਵੀ ਇਹੀਓ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ, ਸੁਪਰੀਮ ਕੋਰਟ ਨੂੰ ਇਹੀਓ ਨਹੀਂ ਪਤਾ ਕਿ ਇੱਥੇ ਇੰਨੇ ਪਰਿਵਾਰ ਰਹਿੰਦੇ ਨੇ, ਇੰਨੇ ਲੋਕ ਰਹਿੰਦੇ ਨੇ,
ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋਲ ਖਾਲੀ ਕਰਾਉਣ ਲਈ ਕੋਈ ਗੱਲ ਹੀ ਨਹੀਂ ਕੀਤੀ, ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਸੀਗਾ ਕੁਛ ਨਹੀਂ ਹੈਗਾ। ਅੱਜ ਇਹ ਪੂਰੇ ਪੁਲਿਸ ਵੱਲ ਨਾਲ ਆਰਮੀ ਵਾਲੇ ਅਤੇ ਐਸ ਡੀ ਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ, ਕਿਉਂਕਿ ਉਹਨਾਂ ਕੋਲ ਉਹੀ ਉਹ ਸੇਮ ਸੁਪਰੀਮ ਕੋਰਟ ਵਾਲੇ ਔਰਡਰ ਸੀਗੇ, ਅਤੇ ਸੁਪਰੀਮ ਕੋਰਟ ਦੇ ਔਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ। ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਕੋਲ ਖਾਲੀ ਕਰਾਉਣ ਦੇ ਔਰਡਰ ਦਿੱਤੇ ਕਿ ਨਹੀਂ। ਉਹਨਾਂ ਕੋਲ ਇੱਦਾਂ ਦਾ ਕੋਈ ਔਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ, ਅਤੇ ਉਹਨਾਂ ਨੇ ਸਾਨੂੰ ਇੱਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂ ਆ ਉਹਨੂੰ ਅਕੁਆਇਰ ਕਰਨ ਲੱਗੇ ਨੇ, ਤਾਂ ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਉਣੇ ਨੇ। ਇਹ ਜਾਣ ਕੇ ਪ੍ਰਸ਼ਾਸਨ ਜਿਹੜਾ ਹੈਗਾ ਆਰਮੀ ਕੈਂਟ ਦਾ ਉਹ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਨਜਾਇਜ਼ ਦੇ ਔਰਡਰ ਲੈ ਕੇ ਆਇਆ ਜੀ, ਅਤੇ ਸਾਡਾ ਹਾਈਕੋਰਟ 'ਚ ਕੇਸ ਫਾਈਲ ਹੋ ਚੁੱਕਾ ਵਾ ਸਾਡੇ ਵੱਲੋਂ ਵੀ, ਉਹਦੀ ਵੀ ਤਰੀਕ ਆਉਣ ਵਾਲੀ ਹੈ, ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਜੀ। ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ? ਇਹ ਜੀ ਦੇਖੋ, ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ, ਹੁਣ ਵੀ ਐਸ ਡੀ ਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19A ਅਤੇ 19 ਨੰਬਰ ਕੋਠੀ ਅਲੱਗ ਅਲੱਗ ਆ, ਜਦਕਿ ਅਸੀਂ ਆਪਣੇ ਕਾਗਜ਼ ਪੇਸ਼ ਕੀਤੇ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ, ਦੋ ਕੋਠੀਆਂ ਨਹੀਂ ਆ, ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਔਰਡਰਾਂ 'ਤੇ ਔਰਡਰ ਲਿਆ ਰਹੀ ਹੈ ਬਸ। ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ? ਬਿਲਕੁਲ ਬਿਲਕੁਲ ਹੋਣੀ ਚਾਹੀਦੀ ਆ ਜੀ। ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਾਵਾਂਗੇ ਆਪਣੇ ਡੀ ਸੀ ਸਾਹਿਬ ਨੂੰ, ਕਿਉਂਕਿ ਅਸੀਂ ਸਿਵਲੀਅਨ ਆ, ਸਾਡੀ ਪਹੁੰਚ ਡੀ ਸੀ ਸਾਹਿਬ ਤੱਕ ਨੇ, ਅਤੇ ਡੀ ਸੀ ਸਾਹਿਬ ਕੋਲ ਸਾਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਉਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ, ਜਿਹੜਾ ਖਾਲੀ ਲੈਂਡ ਆ ਸਾਨੂੰ ਉਹਨਾਂ ਕੋਈ ਮਤਲਬ ਨਹੀਂ। ਮੇਰਾ ਨਾਮ ਰਾਧਾ ਹੈਗਾ, ਇੱਥੇ ਆ ਜੀ ਚੌਥੇ ਦਿਨ ਆ ਜਾਂਦੇ ਆਰਮੀ ਵਾਲੇ, ਹੈ ਇੰਨਾ ਤੰਗ ਕਰਦੇ ਆ ਸਾਨੂੰ, ਹਰਾਸਮੈਂਟ ਕਰਦੇ ਆ, ਇੰਨੇ ਹਰਾਸਮੈਂਟ ਕਰਦੇ ਆ। ਹੁਣ ਦੇਖੋ ਸਾਡੇ ਬੱਚੇ ਵੀ ਹੈ, ਸੱਸ ਸਹੁਰਿਆਂ ਦੇ ਟਾਈਮ ਦੇ ਅਸੀਂ ਸਾਡੇ ਬੈਠੇ ਹੋਏ, ਚੌਥੀ ਪੀੜ੍ਹੀ ਸਾਡੀ ਚੱਲਦੀ ਪਈ ਹੈ, ਹੈਂ ਤੇ ਹੁਣ ਦੱਸੋ ਸਾਨੂੰ ਚੌਥੇ ਦਿਨ ਤੁਸੀਂ ਤੰਗ ਕਰਨ ਆਉਂਦੇ ਹੋ, ਕਿਹੜੇ ਬੇਸ ਤੇ ਆਉਂਦੇ ਹੋ? ਜਾਂ ਅਸੀਂ ਦੱਸੋ, ਜਾਂ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ, ਤੁਸੀਂ ਦੱਸੋ ਵੀ ਅਸੀਂ ਬਿਨਾਂ ਪ੍ਰੂਫ ਤੇ ਬੈਠੇ ਹੋਏ ਇੱਥੇ, ਹੈਂ ਸਾਡੇ ਬੱਚਿਆਂ ਦੇ ਪ੍ਰੂਫ ਹੈਗੇ ਆ, ਇੱਥੇ ਹੋਏ ਦੇ ਬੱਚਿਆਂ ਦੇ ਪ੍ਰੂਫ ਹੈ, ਪਾਣੀ ਦੇ ਬਿੱਲ ਹੈ, ਸਾਡੇ ਸੱਸ ਸਹੁਰੇ ਦੇ ਡੈਥ ਸਰਟੀਫਿਕੇਟ ਇੱਥੋਂ ਦੇ ਬਣੇ ਹੋਏ ਆ, ਸਾਨੂੰ ਇਹ ਤਾਂ ਦੱਸੋ ਵੀ ਸਾਡੀ ਗਲਤੀ ਕੀ ਹੈਗੀ ਇੱਥੇ ਰਹਿਣ ਦੀ? ਅੱਜ ਖਾਲੀ ਕਰਵਾਉਣ ਆਏ ਆ, ਜੇ ਖਾਲੀ ਕਰਵਾਉਂਦੇ ਤਾਂ ਕੀ ਮਰਾਂਗੇ ਅਸੀਂ? ਖਾਲੀ ਤੇ ਹੋਣ ਨਹੀਂ ਦੇਣਾ ਭਾਈ, ਅਸੀਂ ਧੱਕਾ ਨਹੀਂ ਹੋਣ ਦੇਣਾ, ਸਾਡੇ ਸਾਡੇ ਨਾਲ ਜੋ ਹੁੰਦਾ ਹੋ ਜਾਵੇ, ਅਸੀਂ ਜਾਂ ਅਸੀਂ ਮਰਾਂਗੇ ਜਾਂ ਅਸੀਂ ਜੀਵਾਂਗੇ, ਬਸ ਮਰਨਾ ਜੀ ਨਾ ਇਧਰ ਹੀ ਹੈਗਾ। ਅਸੀਂ ਜੋ ਕਹੋ ਨਾ ਵੀ ਅਸੀਂ ਖਾਲੀ ਕਰਦੀ ਹੈ, ਖਾਲੀ ਤੇ ਅਸੀਂ ਕਰ ਨਹੀਂ ਸਕਦੇ, ਆਪਾਂ ਨਹੀਂ ਕਰ ਸਕਦੇ, ਬਸ ਇਹ ਸਾਡੀ ਮੰਗ ਆਈ ਹੈਗੀ ਹੈ, ਸਾਨੂੰ ਇੱਥੇ ਰਹਿਣ ਦਿੱਤਾ ਜਾਵੇ, ਅਸੀਂ ਨਹੀਂ ਜਾ ਸਕਦੇ ਕਿਤੇ ਵੀ ਜਿਹੜੀ ਖਾਲੀ ਜਗ੍ਹਾ। ਸਾਨੂੰ 40-50 ਸਾਲ ਹੋ ਗਏ। ਇੱਕ ਮਿੰਟ ਤੁਹਾਨੂੰ ਪੁੱਛਦੇ ਆ, ਕੀ ਨਾਮ ਤੁਹਾਡਾ? ਛੀਲਾ। ਕਿੱਥੇ ਰਹਿੰਦੇ ਜੇ, ਕੀ ਗੱਲ ਹੋਈ ਹੈ? ਪਿੰਡ 'ਚ ਰਹਿੰਦੇ ਸਤਰ ਬਾਜ਼ਾਰ। ਕੀ ਗੱਲ ਹੋਈ ਅੱਜ? ਅੱਜ ਉਹ ਢਾਣ ਆ ਰਹੇ ਆ, ਫੌਜੀਆਂ ਨੇ ਟਾਈਮ ਦਿੱਤਾ ਹੋਇਆ ਸੀ, ਪੁਲਿਸ ਵਾਲੇ ਢਾਣ ਆ ਰਹੇ ਆ, ਆਏ ਵੀ ਆ, ਤੇ ਅਸੀਂ ਸਾਰੇ ਇੱਥੇ 19 ਨੰਬਰ ਇੱਥੇ ਪਰਮੇਸ਼ਰ ਗਾੜੀ ਦਵਾ ਕੀਤੀ ਵੀ ਨਾ ਕੀਤਾ ਜਾਵੇ ਖਾਲੀ, ਵੀ ਗਰੀਬ ਇੱਥੇ ਹੀ ਰਹਿਣ, ਸਾਡੇ ਦਾਦੇ ਪੜਦਾਦੇ। ਅਗਲਾ ਸਟੈਪ ਵੇਖੋ, ਹਾਂਜੀ ਐਕਸ਼ਨ ਕਰਾਂਗੇ, ਹਾਂਜੀ। ਤੇ ਸਾਡੇ ਇੱਥੇ 19 ਨੰਬਰ ਦੇ ਵਿੱਚ ਰਹਿੰਦੇ ਹਾਂ, ਸਾਡੇ ਸੱਸ ਸਹੁਰੇ ਦੇ ਟਾਈਮ ਦੇ ਹੈਗੇ ਆ, ਅਤੇ ਸਾਡੀ ਚੌਥੀ ਪੀੜ੍ਹੀ ਚੱਲਦੀ ਪਈ ਹੈ, ਠੀਕ ਹੈ। ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ, ਭਾਵੇਂ ਸਾਨੂੰ ਇੱਥੇ ਮਰਨਾ ਪਿਆ ਸੀ ਅਤੇ ਮਰ ਵੀ ਜਾਵਾਂ, ਇੱਧਰ ਹੀ ਦਵਾ ਦਿਓ ਮਾਰ ਮੂਰ ਕੇ, ਤੇ ਆਪੇ ਆਪਣਾ ਯਹਾਂ ਪੇ ਸਿਆਪਾ ਪਾ ਲਓ ਬੈਠ ਕੇ, ਆਪਾਂ ਕਿੱਧਰ ਜਾਏਂਗੇ ਸਰ? ਇੱਥੇ ਤਾਂ ਸਾਲ ਹੋ ਗਏ ਮਾਰਕੋ ਇੱਧਰ ਰਹਿਤੇ ਹੋਏ, ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਹੈ, ਇਹ ਡੰਡੇ ਵਗੈਰਾ ਸਭ ਲੈ ਕੇ ਆਏਗੀ, ਕੀ ਕਰਨਾ ਇਹਨਾਂ ਨੇ ਹਮਾਰੇ ਸਾਥ, ਬਤਾਓ? ਇਤਨੀ ਜਨਤਾ ਰਹਿਤੀ ਹੈ ਕਿ ਸਭਕੋ ਯਹੀ ਮਾਰ ਕੇ ਦਵਾ ਦਿਓ, ਫਿਰ ਆਪ ਆ ਕੇ ਯਹਾਂ ਪਰ ਜੈਸੇ ਮਰਜ਼ੀ ਰਹੋ, ਹਮਨੇ ਯਹਾਂ ਸੇ ਕਹੀਂ ਨਹੀਂ ਜਾਣਾ, ਚਾਰ ਦਿਨ ਹਮ ਯਹਾਂ ਸੇ ਕਹੀਂ ਨਹੀਂ ਜਾਏਂਗੇ, ਜੋ ਮਰਜ਼ੀ ਇਹਨਾਂ ਨੇ ਕਰਨਾ ਹੈ ਕਰ ਲਓ, ਹਮ ਬਹੁਤ ਬਹੁਤ ਸਾਲੋਂ ਸੇ ਰਹਿ ਰਹੇ, 5-10 ਸਾਲ ਕੀ ਬਾਤ ਨਹੀਂ, 70-80 ਸਾਲੋਂ ਸੇ ਯਹਾਂ ਪੇ ਲੋਕ ਰਹਿ ਰਹੇ ਹੈ।